Are you ready to study? We have the Hoshiarpur's number one institute. Well-equipped, labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce. Good.
भर मोरा शिव कैलाशों के बस धौली धारों के राजा शंकर संकट हर शंकर संकट हर ਜੀ ਕਿਤੇ ਵੀ ਜਿੱਥੇ ਕਿਤੇ ਸ਼ਿਵਾਂ ਦਾ ਮੰਦਰ ਆ ਉੱਥੇ ਇੱਕ ਪੱਥਰ ਦੇ ਰੂਪ 'ਚ ਪਿੰਡੀ ਸੱਦੇ ਹਨ ਉਹ ਉੱਥੇ ਲੱਗੀਆਂ ਹੁੰਦੀਆਂ ਜਿੱਥੇ ਕੋਈ ਖਾਸ ਗੱਲ ਵਾਪਰੀ ਹੋਵੇ ਅਤੇ ਇੱਥੇ ਵੀ ਹੈਗਾ ਆ ਅਤੇ ਬਾਕੀ ਇਹ ਕਹਾਵਤ ਹੈਗੀ ਦੰਦ ਕਥਾ ਹੈਗੀ ਆ ਵੀ ਪੁਰਾਣਾ ਆ ਅਤੇ ਸ਼ਰਧਾ ਨਾਲ ਲੋਕ ਹੁਣ ਵੀ ਆਉਂਦੇ ਆ ਬਾਕੀ ਮੇਰੇ ਹਿਸਾਬ ਨਾਲ ਇਹ ਹੈ ਜੀ ਕੋਈ ਵੀ ਧਾਰਮਿਕ ਥਾਂ ਮਾੜੀ ਨਹੀਂ ਜੇ ਉੱਥੇ ਚੜਾਵਾ ਚੱਕਣ ਵਾਲਾ ਠੱਗ ਨਾ ਬੈਠਾ ਹੋਵੇ ਤਾਂ ਸੋ ਪੁਰਾਣੀ ਇੱਦਾਂ ਚੱਲੀ ਆਉਂਦੀ ਹੈ ਲੋਕਾਂ ਦਾ ਇਤਿਹਾਸ ਹਾਂ ਇਹ ਜੀ ਹਾਂ ਇੱਦਾਂ ਆ ਵੀ ਇੱਥੇ ਇਹ ਦਰਿਆ ਬਿਆਸ ਵਗਦਾ ਸੀ ਸਹੀ ਮੈਨੇ ਦਰਿਆ ਬਿਆਸ ਜਿਹੜਾ ਉਹ ਜਿਹੜਾ ਆਮ ਪਿੰਡ ਹੈ ਸ਼ਾਮ 84 ਤੋਂ ਚੜ੍ਹਦੀ ਵੱਲ ਨੂੰ ਉਹ ਦਰਿਆ ਬਿਆਸ ਦੇ ਕੰਢੇ 'ਤੇ ਵਸਿਆ ਆ ਕਿਸੇ ਪਾਸੇ ਦਰਿਆ ਨੇ ਢਾਹ ਲਾਈ ਆ ਉਹਨਾਂ ਨੇ ਇੱਥੇ ਸੁੱਖਣਾ ਸੁੱਕੀ ਅਤੇ ਜਨਮੇਜਾ ਨੂੰ ਕਿਹਾ ਵੀ ਜੇ ਦਰਿਆ ਦਾ ਰੁੱਖ ਬਦਲ ਜਾਵੇ ਤਾਂ ਮੈਂ ਨੌਂ ਪੌਦੀ ਬਲੀ ਦਊਂਗਾ ਇਤਿਹਾਸ ਹੈਗਾ ਵੀ ਉਹਨੇ ਬਲੀ ਦਿੱਤੀ ਪਰ ਮੇਰੇ ਹਿਸਾਬ ਨਾਲ ਉਹਨੇ ਉਹਨਾਂ ਦਾ ਮੁੱਲ ਪਾ ਲਿਆ ਉਹ ਇੱਥੇ ਹੀ ਰਹੇ ਆ ਅਤੇ ਬਾਕੀ ਉਹਨਾਂ ਦੀ ਗਾਂ ਔਲਾਦ ਨਹੀਂ ਕੋਈ ਹਾਂ ਸ਼ਿਵ ਮੰਦਰ ਅੰਦਰ ਪਿੰਡੀ ਹੈ ਮੰਦਰ ਦੂਜਾ ਇੱਕ ਲਾਗੇ ਟਾਹਲੀ ਹੈਗੀ ਆ ਟਾਹਲੀ ਦਾ ਰੁੱਖ ਹੁੰਦਾ ਸੀ ਕਦੀ ਖੜ੍ਹਾ ਹੋਊਗਾ ਉਹ ਉਸ ਵੇਲੇ ਇੱਥੇ ਸਾਧੂਆਂ ਦਾ ਆਉਣਾ ਜਾਣਾ ਸੀ ਅਤੇ ਵਿਦਾਂਤ ਕੀਤਾ ਗਿਆ ਅਟਲ ਸਿੰਚਾਈ ਕੀਤੀ ਗਈ ਇਹ ਸਿੱਧ ਕਰਨ ਲਈ ਵੀ ਜਿਹੜਾ ਇੱਕ ਦੇਖਦਾ ਆ ਉਹ ਨਹੀਂ ਬਦਲਦਾ ਇੱਕ ਜਿਹੜਾ ਦਿਸਦਾ ਆ ਉਹ ਨਹੀਂ ਬਦਲਦਾ ਬਾਕੀ ਸਭ ਕੁਝ ਨਾਸ਼ਵਾਨ ਆ ਜਿੱਦਾਂ ਕੋਈ ਅੱਜ ਕੱਲ੍ਹ ਮੈਂ ਦੱਸਦਾ ਵੀ ਇਸ ਰੁੱਖ ਨੂੰ ਆਹ ਕਹਿੰਦੇ ਆ ਬੱਚਿਆਂ ਨੂੰ ਹੋ ਪਤਾ ਲੱਗ ਜਾਂਦਾ ਬੁੱਢੇ ਹੋਣ ਤਾਂ ਹੀ ਉਹਨਾਂ ਨੂੰ ਉਹਨੂੰ ਉਹ ਰੁੱਖ ਦਾ ਨਾਂ ਉਹੀ ਲੈਣਗੇ ਇਸ ਤਰ੍ਹਾਂ ਉਹ ਟਾਹਲੀ ਸੀ ਟਾਹਲੀ ਨੂੰ ਪਹਿਲਾਂ ਭੁੰਜੇ ਪਈ ਸੀ ਗਲਦੀ ਜਾਂਦੀ ਸੀ ਉਹ ਥੜਾ ਬਣਾਇਆ ਸੀ ਲੋਕ ਭੋਰ ਲੱਪ ਹੈ ਮੇਰੇ ਦਿਮਾਗ 'ਚ ਗੱਲ ਆਈ ਸੀ ਵੀ ਇਹ ਪੁਰਾਣੀ ਹੈਗੀ ਆ ਕਿਸੇ ਤਰ੍ਹਾਂ ਯਾਦ ਬਣੀ ਰਹੇ ਅੰਦਾਜ਼ਨ ਕਿੰਨਾ ਕੁ ਪ੍ਰਾਚੀਨ ਮੰਦਰ ਹੈ ਜੀ ਇਹ ਪੱਥਰ ਯੁੱਗ ਦਾ ਲਾਓ ਜੀ ਮੈਂ ਸਰਪੰਚ ਪਿੰਡ ਜਹੂਰਾ ਇਤਿਹਾਸ ਇੱਥੇ ਦਾ ਇਹੀ ਆ ਜਿਹੜਾ ਇਹਨਾਂ ਨੇ ਮਾਸਟਰ ਹੁਣਾਂ ਨੇ ਦੱਸਿਆ ਇਤਿਹਾਸ ਇਹੀ ਆ ਕਿ ਇੱਥੇ ਸਾਡਾ ਜਿਹੜਾ ਪਿੰਡ ਜਹੂਰਾ ਆ ਇਹ ਕਿਸੇ ਟਾਈਮ ਰਾਜੇ ਜਰਮੇਦੇ ਦਾ ਸ਼ਹਿਰ ਹੁੰਦਾ ਸੀਗਾ ਉਹ ਇੱਥੇ ਰਹੇ ਆ ਸਰ ਤੁਸੀਂ ਇੱਥੋਂ ਪਹਾੜੀ ਤੋਂ ਹੋ ਕੇ ਵੀ ਆਏ ਆ ਉੱਥੇ ਉਹਨਾਂ ਦਾ ਕਿਲਾ ਸੀਗਾ ਅਤੇ ਇਤਿਹਾਸ ਤਾਂ ਇਹੀ ਪਿੰਡ ਦਾ ਮਤਲਬ ਇਹੀ ਹੈਗਾ ਵੀ ਇਹ ਬਹੁਤ ਪੁਰਾਣਾ ਸੀ ਜਦੋਂ ਛੋਟੇ ਛੋਟੇ ਵੀ ਹੁੰਦੇ ਸੀਗੇ 5-7 ਸਾਲ ਦੇ ਉਦੋਂ ਤੋਂ ਅਸੀਂ ਇੱਥੇ ਆਉਂਦੇ ਹਾਂ ਆਪਣੀ ਮਤਲਬ ਮੱਥਾ ਟੇਕਦੇ ਹਾਂ ਆਪਣੀ ਸ਼ਰਧਾ ਨਾਲ ਜੋ ਵੀ ਅਸੀਂ ਅੱਜ ਤੱਕ ਇੱਥੋਂ ਜੋ ਵੀ ਅਸੀਂ ਮੰਗਿਆ ਆ ਸਾਨੂੰ ਮਿਲਦਾ ਆ ਅਤੇ ਇਸ ਕਰਕੇ ਇੱਥੇ ਜੋ ਸ਼ਿਵਰਾਤਰੀ ਹੁੰਦੀ ਆ ਉਦੋਂ ਕਾਫੀ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਆ ਅਤੇ ਦਰਸ਼ਨ ਕਰਦੀਆਂ ਆ ਅਤੇ ਉਹਨਾਂ ਦੀਆਂ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਆ।
ਹਾਂਜੀ ਤੇ ਸਰਪੰਚ ਸਾਹਿਬ ਜਿੱਦਾਂ ਇੱਕ ਜਿਹੜਾ ਪਹਾੜੀ ਆ ਦੱਸਿਆ ਜਾਂਦਾ ਕਿ ਬਾਬਾ ਜੀ ਉਹਨਾਂ ਨੇ ਵੀ ਦੱਸਿਆ ਤੁਸੀਂ ਵੀ ਦੱਸਿਆ ਕਿ ਉੱਥੇ ਕਿਲ੍ਹਾ ਕਿਸੇ ਸਮੇਂ ਸੀ ਤਾਂ ਉਹਦੇ ਇਸ ਜਾਣਕਾਰੀ ਦੇ ਪੁਖਤਾ ਹੋਣ ਵੱਲ ਵੀ ਇਸ਼ਾਰਾ ਕਰਦੀਆਂ ਕੋਈ ਦੁਬਾਰਾ ਵੀ ਦਿਖਾਈ ਦਿੰਦੀਆਂ ਖੇਤਾਂ ਵਿੱਚ ਕਦੀ ਕੋਈ ਪੁਰਾਤੱਤਵ ਵਿਭਾਗ ਦੀ ਟੀਮ ਆਈ ਜਾਂ ਕਦੀ ਸੰਪਰਕ ਕਰਨ ਦੀ ਕੋਸ਼ਿਸ਼ ਪਹਿਲਾਂ ਦੇ ਕਿਸੇ ਸਰਪੰਚ ਨੇ ਜਾਂ ਮੋਹਤਵਰ ਬੰਦੇ ਨੇ ਜਾਂ ਕਿਸੇ ਨੇ? ਇਹਦੇ ਬਾਰੇ ਭਾਅ ਜੀ ਮੈਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈਗੀ, ਕਿਉਂ ਪਹਿਲਾਂ ਮੈਂ ਜ਼ਿਆਦਾ ਸਮਾਂ ਬਾਹਰ ਹੀ ਰਿਹਾ, ਮੈਂ ਹੁਣੀ ਥੋੜ੍ਹਾ ਚਿਰ ਹੋਇਆ ਪਿੰਡ ਆਏ ਨੂੰ। ਅਤੇ ਬਾਕੀ ਇਹ ਤਾਂ ਗੱਲ ਪੱਕੀ ਆ ਕਿ ਉੱਥੇ ਕਿਲ੍ਹਾ ਸੀਗਾ, ਅਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਖੋਜ ਕਰਨੀ ਚਾਹੀਦੀ ਆ ਵੀ ਇੱਥੇ ਕੀ ਸੀਗਾ ਜਾਂ ਕਿੱਦਾਂ ਵੀ ਸੀਗਾ। ਬਾਕੀ ਅਸੀਂ ਹੁਣ ਉਹ ਜਗ੍ਹਾ ਨੂੰ ਥੋੜ੍ਹਾ ਜਿਹਾ ਸਾਡੀ ਪੰਚਾਇਤ ਬਣੀ ਆ, ਅਸੀਂ ਉਹਨੂੰ ਸਾਂਭਣ ਦਾ ਯਤਨ ਵੀ ਕੀਤਾ ਆ। ਤੁਸੀਂ ਉੱਥੇ ਦੇਖਿਆ ਹੀ ਹੋਣਾ ਕਿ ਉਹਨੂੰ ਉੱਥੇ ਹੁਣ ਸਫਾਈ ਵੀ ਆ, ਅਸੀਂ ਪਾਰਕ ਬਣਾ ਰਹੇ ਹਾਂ ਉਹਦੇ ਉੱਤੇ ਕਿ ਜਿਹੜੇ ਲੋਕ ਆਉਣ ਜਾਣ ਵਾਲੇ ਉੱਥੇ ਲੋਕ ਜਿੱਦਾਂ ਬਾਹਰੋਂ ਸ਼ਿਵਰਾਤਰੀ 'ਤੇ ਆਉਂਦੇ ਜਾਂ ਉੱਦਾਂ ਵੀ ਆਉਂਦਾ ਉੱਤੇ ਜਾ ਕੇ ਉਹ ਦੇਖ ਸਕਣ ਵਧੀਆ ਤਰੀਕੇ ਦੇ ਨਾਲ। ਅਸੀਂ ਉੱਥੇ ਘੁੰਮਣ ਫਿਰਨ ਲਈ ਜਾਂ ਵੀ ਬੱਚਿਆਂ ਲਈ ਭਗੂੜੇ ਵਗੈਰਾ ਵੀ ਲਾ ਰਹੇ ਹਾਂ ਉੱਥੇ, ਚਲੋ ਕਿਸੇ ਤਰ੍ਹਾਂ ਸਾਡਾ ਪੁਰਾਣਾ ਜਿਹੜਾ ਯਾਦਦਾਸ਼ਤ ਆ ਸਾਡਾ ਬਣਿਆ ਰਹੇ ਉੱਥੇ। ਅਸੀਂ ਉਹਨਾਂ ਤੋਂ ਇਹੀ ਮੰਗ ਕਰਦੇ ਹਾਂ ਕਿ ਇਹ ਜਿਹੜਾ ਸਾਡਾ ਕਿਲ੍ਹਾ ਆ ਇਹਦੇ ਬਾਰੇ ਸਾਨੂੰ ਇਹ ਦੱਸਣ ਵੀ ਕਿੰਨਾ ਹੈਗਾ ਜਾਂ ਕੀ ਹੈਗਾ ਜੀ, ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਲੋਕ ਮਤਲਬ ਖਤਮ ਹੁੰਦਾ ਜਾ ਰਿਹਾ ਉਹ। ਇਸੇ ਕਰਕੇ ਅਸੀਂ ਉਹਨੂੰ ਇਸ ਗੱਲ ਨੂੰ ਮੁੱਖ ਰੱਖਦੇ ਹੀ ਉਹਨੂੰ ਅਸੀਂ ਉੱਥੇ ਪਾਰਕ ਬਣਾਉਣ ਦਾ ਯਤਨ ਕੀਤਾ ਕਿ ਉਹਨੂੰ ਸਾਂਭਿਆ ਜਾਵੇ।
ਗ੍ਰੰਥਾਂ 'ਚ ਮੈਂ ਪੜ੍ਹਿਆ ਨਾ ਜੀ, ਸੁਣਿਆ ਜਾਂ ਉਹ ਇੱਦਾਂ ਆ ਵੀ ਇੱਥੇ ਪਾਂਡਵਾਂ 'ਚੋਂ ਮਹਾਰਾਜਾ ਜਨਮੇਜਾ ਹੋਇਆ। ਅਰਜਨ ਦਾ ਪੁੱਤ ਸੀ ਅਭਿਮਨੂ, ਅਭਿਮਨੂ ਦਾ ਪੁੱਤ ਸੀ ਪ੍ਰੀਖਿਆ, ਅਤੇ ਪ੍ਰੀਖਿਆ ਦਾ ਪੁੱਤ ਸੀ ਜਨਮੇਜਾ। ਪ੍ਰੀਖਿਆ ਜਿਹੜਾ ਸੱਪ ਲੜ ਕੇ ਮਰਿਆ ਸੀ, ਅੱਜ ਵੀ ਧਾਰਨਾ ਬਣੀ ਆ ਵੀ ਜਿਹੜਾ ਕੋਈ ਇੱਦਾਂ ਐਕਸੀਡੈਂਟ ਨਾਲ ਮਰ ਜਾਏ, ਕੋਈ ਉੱਦਾਂ ਕਤਲ ਕਰਦਾ ਹੈ, ਉਹਨੂੰ ਕਹਿੰਦੇ ਅਵਗਤ ਮਰ ਗਿਆ। ਪ੍ਰੀਖਿਆ ਜਿਹੜਾ ਉਹ ਸੱਪ ਲੜ ਕੇ ਮਰਿਆ ਸੀ, ਜਨਮੇਜਾ ਦੇ ਵੀ ਗੱਲ ਇਹ ਮਨ 'ਚ ਬਹਿ ਗਈ ਵੀ ਇਹ ਬਾਪ ਅਵਗਤ ਮਰਿਆ ਹੈ। ਉਹਦੇ ਲਈ ਉਸ ਵੇਲੇ ਦੇ ਜਿਹੜੇ ਸਿਆਣੇ ਸੀ ਉਹਨਾਂ ਨੂੰ ਪੁੱਛਿਆ, ਉਹ ਕਹਿਣ ਲੱਗੇ ਵੀ ਇਹਦੀ ਗਤੀ ਤਾਂ ਹੋਣੀ ਆ ਜੇ ਸੱਪਾਂ ਦਾ ਬੀਜ ਨਾਸ ਕਰੇ ਤਾਂ। ਉਹ ਇੱਥੇ ਸਰਪ ਜਾ ਕੀਤਾ ਗਿਆ, ਬੀਜ ਨਾਸ ਕੀਤਾ ਗਿਆ, ਉਹਨੂੰ ਇੱਥੇ ਰਹਿਣਾ ਪਿਆ ਜਨਮੇਜਾ ਨੂੰ। ਪਹਿਲਾਂ ਇਹ ਕਿਲ੍ਹਾ ਸੀ, ਬਘੇਲ ਸਿੰਘ ਤੋਂ ਬਾਅਦ ਜਥੇਦਾਰ ਬਘੇਲ ਸਿੰਘ ਦੇ ਮਰਨ ਤੋਂ ਬਾਅਦ ਇੱਥੇ ਅੰਗਰੇਜ਼ਾਂ ਨੇ ਅਟੈਕ ਕਰਕੇ ਇਹਨੂੰ ਕਿਲ੍ਹੇ ਨੂੰ ਢਾਇਆ। ਅਤੇ ਆਹ ਪੁਰਾਣੀਆਂ ਹੈਗੀਆਂ ਦੀਵਾਰਾਂ ਦੇਖੋ, ਆਹ ਨਿਕਲੀਆਂ ਪੁਰਾਣੀਆਂ ਹੀ ਆ। ਅਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਗ੍ਰੰਥਾਂ 'ਚ ਪੜ੍ਹਿਆ, ਇਹ ਇਹਦੇ ਬਾਰੇ ਜੇ ਦਰਸ਼ਕਾਂ ਨੇ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ? ਉਹ 'ਚ ਨਹੀਂ ਜੀ, ਵੱਖ ਵੱਖ ਆ। ਇਹ ਜ਼ਰੂਰੀ ਆ ਵੀ ਜਿੱਥੇ ਹਮਨ ਹੋਇਆ ਉਹਦਾ ਨਾਂ ਜ਼ਹੂਰ ਆ, ਕਿਉਂਕਿ ਜ਼ਹੂਰ ਆ ਜਿਹੜਾ ਇਹ ਨਾਂ ਜਿਹੜਾ ਬਾਅਦ 'ਚ ਬਣਿਆ, ਪਹਿਲਾਂ ਇਹ ਜੰਗਲ ਸੀ। ਇਸ ਕਰਕੇ ਜਿੱਥੇ ਹਮਨ ਹੋਇਆ, ਜ਼ਹੂਰ ਹੈਗਾ ਫਾਰਸੀ ਦਾ ਅੱਖਰ, ਕਿਸੇ ਦੀ ਖਾਸ ਚੀਜ਼ ਦਾ ਹੋਂਦ 'ਚ ਆਉਣਾ। ਅਤੇ ਉਹ ਜਦੋਂ ਕੋਈ ਇੱਥੇ ਕੋਈ ਇਹੋ ਜਿਹਾ ਅਸਾਰ ਦੇਖੇ ਆ, ਜਿੱਦਾਂ ਇੱਥੇ ਹੁਣ ਹੈਗਾ ਸੱਪ ਕੱਟਿਆਂ ਵਾਲੇ ਆਉਂਦੇ ਆ, ਆਰਾਮ ਆਉਂਦਾ ਆ, ਇੱਦਾਂ ਦੇਖ ਕੇ ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ, ਉਹਨਾਂ ਨੇ ਇਸ ਨਗਰ ਦਾ ਨਾਂ ਜ਼ਹੂਰ ਰੱਖਿਆ। ਕਿਲ੍ਹਾ ਸ਼ੁਰੂ ਤਾਂ ਹੋ ਗਿਆ ਜੀ ਜਨਮੇਜਾ ਤੋਂ ਹੀ। ਉਸ ਤੋਂ ਬਾਅਦ ਇਹ ਸਿੱਖ ਰਾਜ ਵਿੱਚ ਆਖਰੀ ਹੋਇਆ ਬਘੇਲ ਸਿੰਘ, ਜਿਹਨੇ ਦਿੱਲੀ ਫਤਿਹ ਕੀਤੀ ਸੀ। ਇਸ ਸੰਬੰਧੀ ਪੁਰਾਤੱਤਵ ਵਿਭਾਗ ਕੋਲ ਪੁਖਤਾ ਜਾਣਕਾਰੀ ਹੈ ਕੋਈ ਠੀਕ ਜਾਣਕਾਰੀ? ਮੇ ਵੀ ਹੋ ਸਕਦੀ ਆ, ਪਰ ਇੱਕ ਵਾਰੀ ਆਏ ਵੀ ਸੀ, ਕਾਫੀ ਦੇਰ ਹੋ ਗਈ ਆ, ਉਹਨਾਂ ਨੇ ਕੋਈ ਇੰਟਰਸਟ ਨਹੀਂ ਲਿਆ ਉਹਨਾਂ ਨਾਲ ਕਦੀ ਸੰਪਰਕ ਕਰਨ ਦੀ, ਮੁੜ ਕੇ ਨਹੀਂ ਮੈਂ ਕੀਤਾ। ਪਹਿਲਾਂ ਕਰਦਾ ਰਿਹਾ ਚਿੱਠੀਆਂ ਰਾਹੀਂ ਵੀ, ਇਹ ਇੱਕ ਇਤਿਹਾਸਿਕ ਜਗ੍ਹਾ ਹੈ, ਇਹਨੂੰ ਦੇਖੋ ਬੋਲ ਕੇ, ਅੱਜ ਤਾਈਂ ਉਹਨਾਂ ਨੇ ਮੁੜ ਕੇ ਨਹੀਂ ਕੁਛ ਕੀਤਾ।